ਦੋਸਤੋ ਪੰਜਾਬ ਬੋਲਦਾ ਪ੍ਰੋਗਰਾਮ ਦੇ ਜ਼ਰੀਏ ਅਸੀਂ ਅਕਸਰ ਉਹਨਾਂ ਵਿਸ਼ਿਆਂ ਦੇ ਬਾਰੇ ਗੱਲ ਕਰਦੇ ਹਾਂ ਜਿਨ੍ਹਾਂ ਦੇ ਬਾਰੇ ਅਸੀਂ ਸਮਝਦੇ ਹਾਂ ਕਿ ਇਸ ਵਿਸ਼ੇ 'ਤੇ ਗੱਲ ਕਰਨੀ ਬਹੁਤ ਅਹਿਮ ਹੋ ਗਈ ਹੈ ਕਿਉਂਕਿ ਜਦੋਂ ਹਾਲਾਤ ਵੱਧ ਤੋਂ ਬਦਤਰ ਹੁੰਦੇ ਜਾਂਦੇ ਨੇ ਤਾਂ ਉਹਨਾਂ ਵਿਸ਼ਿਆਂ 'ਤੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਸ ਵਕਤ ਜੇ ਅਸੀਂ ਗੱਲ ਕਰੀਏ ਤਾਂ ਧਰਮ ਦੇ ਨਾਮ 'ਤੇ ਸਿਆਸਤ ਜਿਹੜੀ ਹੋ ਰਹੀ ਹੈ ਬਹੁਤ ਜ਼ਿਆਦਾ ਵੱਧ ਗਈ ਹੈ। ਅਜਿਹੀਆਂ ਘਟਨਾਵਾਂ ਵੀ ਲਗਾਤਾਰ ਵੱਧ ਰਹੀਆਂ ਨੇ ਕਿ ਸਿੱਖ ਆਪਸ ਦੇ ਵਿੱਚ ਪਾਟੇ ਹੋਏ ਨਜ਼ਰ ਆ ਰਹੇ ਨੇ ਅਤੇ ਲਗਾਤਾਰ ਧਰਮ ਦੇ ਉੱਪਰ ਜਿਹੜੀ ਆ ਸਿਆਸਤ ਆ ਉਹ ਵੀ ਹੋ ਰਹੀ ਹੈ। ਬਹੁਤ ਸਾਰੀਆਂ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਨੇ, ਅੱਜ ਇਹਨਾਂ ਜਿਹੜੀਆਂ ਘਟਨਾਵਾਂ ਵੱਖ ਵੱਖ ਵਾਪਰ ਰਹੀਆਂ ਨੇ, ਸਿਆਸਤ ਨੂੰ ਉੱਪਰ ਕਰਕੇ ਧਰਮ ਨੂੰ ਹੇਠਾਂ ਕੀਤਾ ਜਾ ਰਿਹਾ, ਜਦਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਮੇਰੀ ਪੀਰੀ ਦਾ ਸਿਧਾਂਤ ਦਿੱਤਾ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਧਰਮ ਅਤੇ ਸਿਆਸਤ ਜਿਹੜੀ ਆ ਨਾਲ ਨਾਲ ਚੱਲਣਗੇ, ਪਰ ਧਰਮ ਹਮੇਸ਼ਾ ਸਿਆਸਤ ਤੋਂ ਉੱਪਰ ਰਹਿਣਾ ਚਾਹੀਦਾ, ਤਾਂ ਹੀ ਜਿਹੜਾ ਸਮਾਜ ਆ ਜਾਂ ਜਿਹੜੇ ਲੋਕ ਉਹਦੇ ਵਿੱਚ ਵਿਚਰ ਰਹੇ ਨੇ ਉਹਨਾਂ ਦੇ ਹੱਕ ਦੀ ਗੱਲ ਹੋ ਸਕਦੀ ਹੈ। ਪਰ ਅੱਜ ਦੇ ਜਿਹੜੇ ਹਾਲਾਤ ਨੇ ਧਰਮ ਦੇ ਉੱਪਰ ਸਿਆਸਤ ਭਾਰੂ ਪੈਂਦੀ ਨਜ਼ਰ ਆ ਰਹੀ ਹੈ। ਕੀ ਕਹਿਣਾ ਲੋਕਾਂ ਦਾ? ਅੱਜ ਕੁਝ ਸਿੱਖ ਸਾਡੇ ਨਾਲ ਮੌਜੂਦ ਨੇ, ਇਹਨਾਂ ਤੋਂ ਪੁੱਛਦੇ ਹਾਂ, ਇਹਨਾਂ ਦੇ ਬਾਰੇ ਗੱਲ ਕਰਦੇ ਹਾਂ, ਪੁੱਛਦੇ ਇਹਨਾਂ ਦਾ ਇਸ ਬਾਰੇ ਕੀ ਕਹਿਣਾ। ਕੀ ਨਾਮ ਜੀ ਤੁਹਾਡਾ? ਬਲਦੇਵ ਸਿੰਘ ਜੀ। ਬਲਦੀਪ ਜੀ, ਕਿੱਦਾਂ ਦੇਖਦੇ ਹੋ ਲਗਾਤਾਰ ਇੱਦਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਅਤੇ ਇਸ ਵਕਤ ਜਿਹੜੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ, ਧਰਮ ਦੇ ਉੱਪਰ ਸਿਆਸਤ ਭਾਰੂ ਪੈਂਦੀ ਜਾ ਰਹੀ ਹੈ ਅਤੇ ਹਰ ਪਾਸੇ ਧਰਮ ਦੀ ਸਿਆਸਤ ਕੀਤੀ ਜਾ ਰਹੀ ਹੈ, ਕਿੱਦਾਂ ਦੇਖਦੇ ਅਜਿਹੀਆਂ ਘਟਨਾਵਾਂ? ਦੇਖੋ ਜੀ, ਧਰਮ ਜਿਹੜੀ ਆ ਇਸ ਨੂੰ ਉੱਪਰ ਰੱਖਣਾ ਚਾਹੀਦਾ, ਸਾਨੂੰ ਸਿਆਸਤ ਹੇਠ ਰੱਖਣੀ ਚਾਹੀਦੀ ਆ। ਪਰ ਜਿੱਥੇ ਜਿਹੜਾ ਇੱਥੇ ਪੰਜਾਬ ਦੇ ਵਿੱਚ ਜਾਂ ਹਾਲਾਤ ਇੰਡੀਆ ਦੇ ਵਿੱਚ ਹੋ ਰਹੇ ਨੇ, ਉੱਥੇ ਉਸ ਜਗ੍ਹਾ 'ਤੇ ਰਾਜਨੀਤੀ ਨੂੰ ਉੱਪਰ ਰੱਖਿਆ ਜਾ ਰਿਹਾ। ਰਾਜਨੀਤੀ ਦੇ ਵਿੱਚ ਕਈ ਤਰ੍ਹਾਂ ਦੇ ਆਦਮੀ ਹੁੰਦੇ ਨੇ ਜਿਹੜੇ ਕਿ ਆ ਕੇ ਸਾਡੇ ਸਿੱਖ ਧਰਮ ਦੇ ਵਿੱਚ ਆ ਕੇ ਉਹ ਸਿੱਖ ਧਰਮ ਨੂੰ ਬਦਨਾਮ ਕਰਦੇ ਨੇ। ਜੇ ਅਸੀਂ ਗੱਲ ਕਰੀਏ ਸਿੱਖ ਧਰਮ ਨੂੰ ਵੀ ਲਗਾਤਾਰ ਜਿਹੜੀਆਂ ਢਾਲ ਲੱਗਣ ਦੀਆਂ ਕੋਸ਼ਿਸ਼ਾਂ ਵੀ ਸਾਹਮਣੇ ਆ ਰਹੀਆਂ ਨੇ, ਕਿੱਦਾਂ ਦੇਖਦੇ ਹੋ ਜਦੋਂ ਇੱਦਾਂ ਦੇ ਹਾਲਾਤ ਪੈਦਾ ਹੋ ਜਾਣ ਵੀ ਧਰਮ ਦੇ ਨਾਂ 'ਤੇ ਸਿਆਸਤ ਹੋਣ ਲੱਗ ਜਾਵੇ ਅਤੇ ਲੋਕ ਜਿਹੜੇ ਨੇ ਉਹ ਵੀ ਗੁੰਮਰਾਹ ਹੋਣ ਲੱਗ ਜਾਂਦੇ ਨੇ? ਕੀ ਤੁਹਾਨੂੰ ਲੱਗਦਾ ਵੀ ਅਜਿਹੇ ਹਾਲਾਤਾਂ ਦੇ ਵਿੱਚ ਕੀ ਕਰਨਾ ਚਾਹੀਦਾ ਤਾਂ ਜੋ ਧਰਮ ਦੀ ਜਿਹੜੀ ਆਪਣੀ ਅਹਿਮੀਅਤ ਆ ਉਹਨੂੰ ਬਰਕਰਾਰ ਰੱਖਿਆ ਜਾ ਸਕੇ? ਇਹਦੇ ਵਿੱਚ ਦੇਖੋ ਜੀ, ਜਿਹੜਾ ਤਾਂ ਧਾਰਮਿਕ ਆਦਮੀ ਆ ਉਹਨੂੰ ਸਭ ਤੋਂ ਪਹਿਲਾਂ ਤਾਂ ਆਪਣਾ ਜਿਹੜਾ ਜੀਵਨ ਆ ਸਭ ਤੋਂ ਉੱਚਾ ਰੱਖਣਾ ਚਾਹੀਦਾ। ਅਗਰ ਉਹ ਆਪਣੇ ਜੀਵਨ ਨੂੰ ਉੱਚਾ ਰੱਖੂਗਾ, ਉਹ ਸਿਆਸਤ ਉਹਦੇ ਉੱਪਰ ਕੁਛ ਨਹੀਂ ਕਰ ਸਕਦੀ। ਸਾਡੇ ਜਿਹੜੇ ਸਿੱਖਾਂ ਦੇ ਵਿੱਚ ਆਪਸੀ ਫੁੱਟ ਆ, ਜਿਹਦੇ ਕਰਕੇ ਸਾਨੂੰ ਇਹ ਦੇਖਣਾ ਪੈ ਰਿਹਾ ਲੋਕਾਂ ਦੀ ਸਿਆਸਤ ਉੱਪਰ ਚੜ੍ਹਦੀ ਜਾ ਰਹੀ ਆ, ਇਸੇ ਵਾਸਤੇ ਚੜ੍ਹ ਰਹੀ ਆ ਕਿ ਸਾਡਾ ਆਪਣਾ ਜੀਵਨ ਸਹੀ ਨਹੀਂ ਹੈਗਾ, ਆਪਣਾ ਜੀਵਨ ਕਿਤੇ ਨਾ ਕਿਤੇ ਹੇਠਾਂ ਜਾ ਰਿਹਾ ਅਤੇ ਲੋਕ ਪਹਿਰਾਵੇ ਪਾ ਕੇ ਕਿਤੇ ਨਾ ਕਿਤੇ ਦਿਖਾਵਾ ਕਰ ਰਹੇ ਨੇ ਤੁਹਾਡੇ ਨਾਲ? ਬਿਲਕੁਲ, ਦੇਖੋ ਜੀ, ਪਹਿਰਾਵੇ ਦੇ ਉਹੀ ਦੇਖ ਲਓ, ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚੇ ਆ ਗੁਰਬਾਣੀ ਦੇ ਵਿੱਚ ਆਉਂਦਾ। ਇਹਦੇ ਕਰਕੇ ਜਿਨ੍ਹਾਂ ਦੇ ਮਨ ਅੰਦਰੋਂ ਦਾ ਕੁਛ ਹੋਰ ਨੇ ਉਹ, ਪਰ ਉਹ ਬੜੇ ਬੜੇ ਪਹਿਰਾਵੇ ਪਾਈ ਫਿਰਦੇ ਨੇ, ਕਿਰਪਾਨਾ ਚਾਰ ਚਾਰ ਪਾਈ ਫਿਰਦੇ ਨੇ, ਕੋਈ ਉਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ। ਜਿੰਨਾ ਚਿਰ ਤੁਸੀਂ ਸਾਨੂੰ ਗੁਰੂ ਸਾਹਿਬ ਨੇ ਜਿਹੜੇ ਦੱਸੇ ਆ ਰਸਤੇ ਦੱਸੇ ਆ ਉਹਨਾਂ ਦੇ ਉੱਪਰ ਅਸੀਂ ਨਹੀਂ ਚੱਲਦੇ, ਉਹਦੇ ਵਿੱਚ ਇਹ ਸਭ ਫੇਲ ਨੇ। ਕਿੱਦਾਂ ਦੇਖਦੇ ਸਿਆਸੀ ਆਗੂ ਜਿਹੜੇ ਪੰਜਾਬ ਦੇ ਵਿੱਚ ਨੇ ਉਹ ਵੀ ਧਰਮ ਦੇ ਨਾਂ 'ਤੇ ਲਗਾਤਾਰ ਸਿਆਸਤ ਕਰ ਰਹੇ ਨੇ, ਜਦੋਂ ਸੱਤਾ ਦੇ ਵਿੱਚ ਹੁੰਦੇ ਨੇ ਉਦੋਂ ਉਹਨਾਂ ਦੇ ਰਵੱਈਆ ਕੁਛ ਹੋਰ ਹੁੰਦਾ, ਜਦੋਂ ਸੱਤਾ ਤੋਂ ਬਾਹਰ ਹੁੰਦੇ ਨੇ ਉਦੋਂ ਰਵੱਈਆ ਬਦਲ ਜਾਂਦਾ? ਕਿੱਦਾਂ ਦੇਖਦੇ ਆ ਜਿਹੜੀਆਂ ਧਰਮ ਦੇ ਨਾਂ 'ਤੇ ਸਿਆਸੀ ਖੇਡਾਂ ਖੇਡੀਆਂ ਜਾ ਰਹੀਆਂ? ਦੇਖੋ, ਉਹ ਸਿਆਸਤ ਆ ਜਿਹੜੀ ਰਾਜਨੀਤੀ ਆ, ਜਿਹੜੀ ਰਾਜਨੀਤੀ ਵਾਲੇ ਨੇ ਉਹਨਾਂ ਨੇ ਆਪਣੀ ਰਾਜਨੀਤੀ ਦੀ ਗੱਲ ਕਰਨੀ ਆ। ਉਹ ਜਿਹੜੀ ਇੱਕ ਰਾਜਨੀਤੀ ਆ ਉਹ ਇੱਕ ਧਰਮ ਦੇ ਨਾਲ ਜੁੜੀ ਹੋਈ ਆ, ਜਿਹੜੀ ਹੁਣ BJP ਆ ਉਹਦੇ ਨਾਲ ਸ਼ਿਵ ਸੈਨਾ 'ਚ ਜੁੜੀ ਹੋਈ ਆ। ਇਹ ਜਿਹੜੇ ਆਪਸ ਵਿੱਚ ਜੁੜੇ ਹੋਏ ਨੇ ਉਹਨਾਂ ਨਾਲ ਲੋਕ, ਜਾਂ ਤਾਂ ਉਹ ਆਪਣਾ ਰਵੱਈਆ ਸਹੀ ਕਰਨ, ਜੇ ਜਾਂ ਧਰਮ ਦੇ ਵਿੱਚੋਂ ਛੱਡ ਕੇ ਉਹ ਦੂਸਰੇ ਪਾਸੇ ਹੋ ਜਾਣ। ਇਹਦੇ ਵਿੱਚ ਇਹੀ ਮੇਰੀ ਰਾਏ ਆ, ਹੋਰ ਇਹਦੇ ਵਿੱਚ ਕੁਛ ਨਹੀਂ ਹੋ ਸਕਦਾ। ਕੀ ਨਾਮ ਜੀ ਤੁਹਾਡਾ? ਦਵਿੰਦਰ ਸਿੰਘ ਜੀ, ਕਿੱਦਾਂ ਦੇਖਦੇ ਹੋ ਤੁਸੀਂ ਜਿਹੜੀ ਧਰਮ ਦੇ ਨਾਂ 'ਤੇ ਸਿਆਸਤ ਹੋ ਰਹੀ ਹੈ ਅਤੇ ਕਿੱਦਾਂ ਹੱਲ ਸੋਚਦੇ ਹੋ, ਕਿਉਂਕਿ ਲੋਕ ਵੀ ਅੱਜ ਕੱਲ੍ਹ ਗੁੰਮਰਾਹ ਹੁੰਦੇ ਜਾ ਰਹੇ ਨੇ ਇਸ ਚੱਕਰ ਦੇ ਵਿੱਚ? ਕਿਉਂਕਿ ਹੁਣ ਤੱਕ ਤਾਂ ਜਿਹੜੇ ਸਿੱਖ ਕੌਮ ਹੈ ਉਹ ਵਿਸ਼ਵਾਸ ਕਰਦੇ ਸੀ ਵੀ ਇਹ ਸਾਡੇ ਵਿੱਚੋਂ ਹੀ ਹੈਗੇ, ਸਾਡੇ ਹੀ ਹੈ, ਪਰ ਹੁਣ ਜਦ ਮੀਡੀਆ ਦੇ ਵਿੱਚ ਦੇਖਦੇ ਹਾਂ ਆਪਾਂ ਅਤੇ ਸਮਾਜ ਦੇ ਵਿੱਚ ਵਿੱਤਰ ਜਾ, ਹੁਣ ਪਤਾ ਲੱਗ ਰਿਹਾ ਹੈਗਾ ਵੀ ਅੰਦਰ ਖਾਤੇ ਹੋਰ ਪਾਸੇ ਜੁੜੇ ਹੋਏ ਹੈਗੇ ਅਤੇ ਆਪਣਾ ਰੂਪ ਜਿਹੜਾ ਇਹਨਾਂ ਨੇ ਸਿੱਖੀ ਦਾ ਧਾਰਨ ਕੀਤਾ ਹੋਇਆ ਹੈਗਾ। ਐਸੇ ਕਰਕੇ ਹੁਣ ਅਕਾਲ ਤਖ਼ਤ ਨੂੰ ਢਾਲ ਆ ਰਹੇ ਹੈਗੇ, ਅਕਾਲ ਤਖ਼ਤ ਆਪ ਹੀ ਆਪਣੇ ਜਥੇਦਾਰ ਬਣਾ ਦਿੰਦੇ ਹੈਗੇ, ਉੱਥੋਂ ਹੁਕਮਨਾਮਾ ਜਾਰੀ ਕਰਾ ਦਿੰਦੇ, ਬਾਅਦ ਜੋ ਸੰਗਤਾਂ ਰੋਸ ਦੇ ਵਿੱਚ ਆਉਂਦੀਆਂ ਪ੍ਰੈਸ਼ਰ ਪਾਉਂਦੀਆਂ ਫਿਰ ਆਪਣਾ ਹੁਕਮਨਾਮਾ ਵਾਪਸ ਲੈਣੇ, ਇਹਨਾਂ ਨੇ ਅਕਾਲ ਤਖ਼ਤ ਦੀ ਜਿਹੜੀ ਆ ਮਰਿਆਦਾ ਨੂੰ ਭੰਗ ਕਰਕੇ ਰੱਖ ਦਿੱਤਾ। ਤੁਹਾਡੇ ਹਿਸਾਬ ਦੇ ਨਾਲ ਇਸ ਵਕਤ ਜਿਹੜੀਆਂ ਸਾਡੀਆਂ ਸਿਰਮੋਰ ਸੰਸਥਾਵਾਂ ਨੇ ਉਹਨਾਂ 'ਤੇ ਵੀ ਸਿਆਸਤ ਹੋ ਰਹੀ ਹੈ ਤੁਹਾਡੇ ਹਿਸਾਬ? ਬਿਲਕੁਲ, ਸਿਆਸਤ ਦੇ ਨਾਲ ਹੀ ਸਾਰਾ ਚੱਲ ਰਿਹਾ ਹੈਗਾ, ਧਰਮ ਦਾ ਇਹਨਾਂ ਨੇ ਪਿੱਛੇ ਛੱਡਤਾ, ਧਰਮ ਦਾ ਇਹਨਾਂ ਦੇ ਪੱਲੇ ਹੈ ਹੀ ਨਹੀਂ ਗਾ, ਸਿਰਫ ਹੈ ਵੀ ਇਹਨਾਂ ਨੇ ਧਰਮ ਨੂੰ ਇੱਕ ਵਰਤ ਰਹੇ ਹੈਗੇ। ਜਿਸ ਤਰ੍ਹਾਂ ਹੁਣ ਉੱਥੇ ਦਰਬਾਰ ਸਾਹਿਬ ਦਾ ਇੰਨਾ ਪੈਸਾ ਹੁੰਦਾ ਹੈਗਾ, ਸ਼੍ਰੋਮਣੀ ਕਮੇਟੀ ਦਾ ਇੰਨਾ ਫੰਡ ਹੈਗਾ, ਪੰਜਾਬ ਸਰਕਾਰ ਨਾਲੋਂ ਜ਼ਿਆਦਾ ਹੈਗਾ ਬਜਟ ਇਹਨਾਂ ਦਾ, ਪਰ ਇਹ ਬਿਲਕੁਲ ਨਹੀਂ ਵਰਤਿਆ ਜਾ ਰਿਹਾ, ਇਹ ਗਲਤ ਪਾਸੇ ਮੌਜੂਦ ਹੋ ਰਿਹਾ ਹੈਗਾ। ਇੰਨੇ ਕਾਲਜ ਹੈਗੇ, ਹਸਪਤਾਲ ਹੈਗੇ, ਕਿਸੇ ਹਸਪਤਾਲ 'ਚ ਦਵਾਈ ਨਹੀਂ ਚੱਜ ਨਾਲ ਮਿਲਦੀ, ਅਬ ਵਟਸਐਪ 'ਤੇ ਦੇਖਦੇ ਹੈਗੇ ਇੰਨਾ ਬੁਰਾ ਹਾਲ ਹੈਗਾ, ਉੱਥੇ ਮਰੀਜ਼ਾਂ ਨੂੰ ਕੱਢਿਆ ਜਾਂਦਾ ਹੈਗਾ ਕਾਲਜਾਂ ਦੇ ਵਿੱਚ, ਸਕੂਲਾਂ ਦੇ ਬੱਚੇ ਜਿਹੜੇ ਬੁਰਾ ਹਾਲ ਹੈਗਾ ਉੱਥੇ, ਠੀਕ ਹੈ, ਅਤੇ ਇਹਨੂੰ ਸਹੀ ਵਰਤੋਂ ਨਹੀਂ ਹੋ ਰਹੀ ਪੈਸੇ ਦੀ, ਜਿਹੜੀ ਹੈ ਮਿਸਯੂਜ਼ ਹੋ ਰਿਹਾ ਬਹੁਤ।
ਜਿਹੜੀਆਂ ਧਰਮ ਦੇ ਨਾਂ 'ਤੇ ਸਿਆਸੀ ਖੇਡਾਂ ਖੇਡੀਆਂ ਜਾ ਰਹੀਆਂ ਉਹਨਾਂ ਤੋਂ ਲੋਕ ਜਾਗਰੂਕ ਹੋ ਜਾਣ, ਉਹਨਾਂ ਨੂੰ ਸੱਚਾਈ ਪਤਾ ਲੱਗ ਜਾਵੇ ਵੀ ਆਹ ਬੰਦੇ ਸਿੱਖ ਦੇ ਸਿੱਖੀ ਦੇ ਪੱਖ ਦੇ ਨੇ ਅਤੇ ਆਹ ਸਿੱਖੀ ਦੇ ਵਿਰੋਧ। ਹਾਂ, ਹੁਣ ਤੱਕ ਤਾਂ ਆਪਾਂ ਜਿਹੜਾ ਸਾਰੇ ਸਿੱਖ ਸੰਗਤ ਉਹਨਾਂ 'ਤੇ ਭਰੋਸਾ ਕਰਦੀ ਰਹੀ ਹੈਗੀ, ਪਰ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਹੈਗਾ ਉਹਨੇ ਅਸਲੀ ਚਿਹਰੇ ਜਿਹੜੇ ਸਾਹਮਣੇ ਆ ਗਏ ਹੈਗੇ ਵੀ ਕਿਹੜੇ RSS ਨਾਲ ਜੁੜੇ ਹੋਏ ਹੈ, ਕਿਹੜੇ ਅੰਦਰੋਂ ਸੱਚੇ ਪੱਕੇ ਹੈਗੇ ਹੈ। ਹੁਣ ਆਮ ਜਿਹੜੀ ਪਿੰਡਾਂ ਦੇ ਵਿੱਚ ਵੀ ਦੇਖਿਆ, ਸ਼ਹਿਰਾਂ ਦੇ ਵਿੱਚ ਆਮ ਸੰਗਤ ਜਿਹੜੀ ਹੈ ਜਾਗਰੂਕ ਹੋ ਰਹੀ ਹੈਗੀ, ਉਹ ਕਹਿੰਦੇ ਅਸੀਂ ਆਪਣੇ ਜਿਹੜੇ ਜਥੇ ਬਣਾ ਕੇ ਅਤੇ ਆਪ ਸੰਗਤਾਂ ਨੂੰ ਜਾਗਰੂਕ ਕਰਕੇ ਅਤੇ ਤਾਂ ਕਿ ਸਾਡੀ ਜਿਹੜੀ ਹੈ ਖਾਲਸੇ ਜਿਹੜੀ ਆਪਾਂ ਅਰਦਾਸ ਕਰਦੇ ਹਾਂ ਵੀ ਅਤੇ ਆਪਣੇ ਪੰਜਾ ਸਾਹਿਬ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਇਆ ਜਾਵੇ। ਮੈਂ ਕਿਹਾ ਇੱਥੇ ਜਿਹੜੇ ਇੱਥੇ ਬੈਠੇ ਹੈਗੇ ਇਹਨੇ ਡਾਕੂਆਂ ਤੋਂ ਆਜ਼ਾਦ ਕਰਾਉਣਾ ਚਾਹੀਦਾ ਹੈਗਾ। ਇੱਥੇ ਲੋਕ ਨੇ ਉਹਨਾਂ ਤੋਂ ਕਿਤੇ ਨਾ ਕਿਤੇ ਹੁਣ ਸਿੱਖ ਜਿਹੜੇ ਧਰਮ ਦੇ ਲੋਕ ਨੇ ਉਹਨਾਂ ਨੂੰ ਡਰ ਆ, ਖੌਫ ਆ। ਕੀ ਨਾਮ ਤੁਹਾਡਾ? ਚਰਨਜੀਤ ਸਿੰਘ ਜੀ। ਕਿੱਦਾਂ ਦੇਖਦੇ ਬਾਬਾ ਜੀ ਤੁਸੀਂ ਵੀ ਲਗਾਤਾਰ ਧਰਮ ਦੇ ਨਾਂ 'ਤੇ ਸਿਆਸਤ ਹੋ ਰਹੀ ਹੈ, ਇੱਦਾਂ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਨੇ, ਕਿੱਦਾਂ ਦੇਖਦੇ ਹਾਂ ਵੀ ਕਿੱਦਾਂ ਘਟਣੀਆਂ ਚਾਹੀਦੀਆਂ, ਕਿਹੜੇ ਲੋਕ ਨੇ ਜਿਹੜੇ ਤੁਹਾਡੇ ਹਿਸਾਬ ਨਾਲ ਸਿਆਸਤ ਕਰ ਰਹੇ? ਅਸੀਂ ਤਾਂ ਚਾਹੁੰਦੇ ਹਾਂ ਜੀ ਅਕਾਲ ਤਖ਼ਤ 'ਤੇ ਜਿਹੜਾ ਜਥੇਦਾਰ ਨੇ ਜਾਤੀ ਉਹ ਜੇਲ੍ਹ ਵਿੱਚ ਹੈ, ਕੋਈ ਪ੍ਰਮਾਣਿਤ ਬਾਹਰ ਹੋਣ ਤਕੜਾ ਚਾਹੀਦਾ ਸਿਆਸਤ ਤੋਂ ਬਿਨਾਂ। ਧਿਆਨ ਸਿੰਘ ਮੰਡ ਵੀ ਸਿਆਸੀ ਹੈ, ਠੀਕ ਹੈ ਨਾ ਜੀ, ਅਸੀਂ ਕੋਈ ਦੁਸ਼ਮਣ ਨਹੀਂ ਉਹਦੇ। ਅਤੇ ਜਿਹੜਾ ਇਸ ਟਾਈਮ ਹੈਗਾ ਉਹ ਸ਼ਰਿਆਮ ਬਾਦਲ ਦਾ ਹੈ, ਠੀਕ ਹੈ ਨਾ ਜੀ, ਆਪਾਂ ਡਰਦੇ ਨਹੀਂ ਹੈ। ਮੈਂ ਬਾਦਲ ਦਾ ਮੈਂਬਰ ਵੀ ਰਿਹਾ 30-40 ਸਾਲ, ਪਰ ਇਸ ਵੇਲੇ ਅਸੀਂ ਉਹਦੇ ਬਿਲਕੁਲ ਖਿਲਾਫ਼ ਹੈ। ਉੱਥੇ ਪ੍ਰਮਾਣਿਤ ਸਾਂਝਾ ਚਾਹੀਦਾ ਜਥੇਦਾਰ, ਜਦ ਤੱਕ ਜੇਲ੍ਹ 'ਚ ਜਥੇਦਾਰ ਹਵਾਰਾ ਜੀ, ਠੀਕ ਹੈ ਨਾ ਜੀ, ਜਦ ਤੱਕ ਜਥੇਦਾਰ ਤਕੜਾ ਹੋਊਗਾ ਅਤੇ ਤਾਂ ਸਾਡੀ ਪਨੀਰੀ ਤਕੜੀ ਅੱਗੇ ਆਊਗੀ। ਅਤੇ ਬਾਕੀ ਤੁਹਾਡੇ ਹਿਸਾਬ ਦੇ ਨਾਲ ਜਥੇਦਾਰ ਹੀ ਕਿਤੇ ਨਾ ਕਿਤੇ ਸਿਆਸੀਕਰਨ ਹੋ ਚੁੱਕਾ ਉਹਨਾਂ ਦਾ, ਜਿਹੜੇ ਫੈਸਲੇ ਲੈਣੇ ਚਾਹੀਦੇ ਉਹ ਨਹੀਂ ਲਏ ਜਾ ਰਹੇ? ਹਾਂਜੀ ਬਿਲਕੁਲ ਸਹੀ ਗੱਲ ਹੈ, ਉਹ ਸਿਆਸੀ ਦਬਾਅ 'ਚ ਫੈਸਲੇ ਲੈ ਰਹੇ ਆ ਸਾਰੇ ਜੀ। ਇਸੇ ਕਰਕੇ ਕਿਤੇ ਨਾ ਕਿਤੇ ਸਿੱਖ ਕੌਮ ਜਿਹੜੀ ਆ ਨਿਘਾਰ ਵੱਲਾਂ ਜਾ ਰਹੀ ਆ। ਲੋੜ ਹੈ ਕਿ ਜਿਹੜੇ ਆਗੂ ਨੇ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਉਹ ਕਿਤੇ ਨਾ ਕਿਤੇ ਆਪਣੀ ਜ਼ਿੰਮੇਵਾਰੀ ਸਮਝਣ, ਲੋਕਾਂ ਦੇ ਵਿੱਚ ਵਿਚਰ ਕੇ ਉਹਨਾਂ ਤੋਂ ਇਹ ਸਵਾਲ ਕਰ ਰਹੇ ਹਾਂ ਕਿ ਜਿਹੜੀ ਧਰਮ ਦੇ ਨਾਂ 'ਤੇ ਸਿਆਸਤ ਹੋ ਰਹੀ ਆ ਉਹਨੂੰ ਇਹ ਕਿੱਦਾਂ ਦੇਖਦੇ ਨੇ? ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਬਾਬੂ ਸਿੰਘ ਗੁਰਤੇ, ਇੱਕ ਵਾਰ ਨਗਰ ਖਰੜ ਤੋਂ ਬੋਲ ਰਿਹਾ। ਕਿੱਦਾਂ ਦੇਖਦੇ ਬਾਬਾ ਜੀ ਕਿ ਧਰਮ ਦੇ ਨਾਂ 'ਤੇ ਸਿਆਸਤ ਹੋ ਰਹੀ ਹੈ? ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਸੰਦੇਸ਼ ਕੁਝ ਹੋਰ ਦਿੱਤੇ ਸੀ, ਅੱਜ ਕੁਝ ਹੋਰ ਹੋ ਰਿਹਾ ਅਤੇ ਸਿੱਖ ਕੌਮ ਨੂੰ ਇਹਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ, ਕਿੱਦਾਂ ਦੇਖਦੇ ਹੋ? ਕਿਵੇਂ ਇਹਨਾਂ ਜਿਹੜੀਆਂ ਧਰਮ ਦੇ ਨਾਂ 'ਤੇ ਸਿਆਸੀ ਖੇਡਾਂ ਹੋ ਰਹੀਆਂ ਇਹਨਾਂ ਤੋਂ ਬਚਿਆ ਜਾਵੇ? ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਿਆਸਤ 'ਤੇ ਜਿਹੜੇ ਪਰਿਵਾਰ ਲੰਬੇ ਸਮੇਂ ਤੋਂ ਕਾਬਜ਼ ਹੋਏ ਆ ਉਹ ਸਿਆਸਤ ਮਤਲਬ ਧਰਮ ਦਾ ਜਿਹੜਾ ਮਿਸਯੂਜ਼ ਕਰ ਰਹੇ ਆ, ਜਿਹਦੇ ਵਿੱਚ ਬਾਦਲ ਪਰਿਵਾਰ ਜਾਂ ਹੋਰ ਜਿਹੜੇ ਲੰਬੇ ਸਮੇਂ ਤੋਂ ਇਹ ਪਰਿਵਾਰ ਹੈਗੇ ਮਿਸਯੂਜ਼ ਕਰ ਰਹੇ ਆ, ਜਿੱਦਾਂ ਕਿ ਜਥੇਦਾਰ ਅਕਾਲ ਤਖ਼ਤ ਉਹ ਸਿਰਫ ਸਰਕਾਰ ਦੇ ਨਾਂ 'ਤੇ ਹੀ ਮਤਲਬ ਜਿਹੜੇ ਹੁਕਮਨਾਮੇ ਜਾਰੀ ਹੋ ਰਹੇ ਆ, ਜੋ ਮਤਲਬ ਬਾਦਲ ਪਰਿਵਾਰ ਚਾਹੁੰਦਾ ਤਾਂ ਉਹੀ ਮਤਲਬ ਜਿਹੜੇ ਹੁਕਮਨਾਮੇ ਜਾਰੀ ਹੁੰਦੇ ਆ। ਅਤੇ ਜਦੋਂ ਸਿਆਸਤ ਮਤਲਬ ਲੋਕਾਂ ਦਾ ਇਹ ਭਾਰੂ ਹੋ ਜਾਂਦੇ ਆ ਕਿ ਸਿਆਸਤ ਹੈ ਜਿਹੜੀ ਇਹ ਹੁਕਮਨਾਮਾ ਜਾਰੀ ਕੀਤਾ ਗਲਤ ਕੀਤਾ ਗਿਆ ਤਾਂ ਉਹ ਵਾਪਸ ਵੀ ਹੋ ਜਾਂਦਾ, ਜਦੋਂ ਕਿ ਅੱਜ ਤੱਕ ਅਕਾਲ ਤਖ਼ਤ ਤੋਂ ਜੋ ਜਾਰੀ ਹੋਇਆ ਹੁਕਮਨਾਮਾ ਕਦੇ ਵਾਪਸ ਨਹੀਂ ਹੋਏ। ਜਦੋਂ ਕੋ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਜੋ ਵੀ ਮਤਲਬ ਹੁਣ ਤੱਕ ਜਿਹੜੇ ਜਥੇਦਾਰ ਆਪਣਾ ਹੁਕਮਨਾਮਾ ਜਾਰੀ ਕਰਦੇ ਸੀ ਉਹ ਉਸ ਲਾਗੂ ਹੁੰਦਾ ਸੀ। ਅੱਜ ਜੇਕਰ ਨਸ਼ਿਆਂ ਦਾ ਮਸਲਾ ਤਾਂ ਮਤਲਬ ਮੀਡੀਆ 'ਤੇ ਅਸੀਂ ਸਾਰਾ ਕੁਝ ਦੇਖਦੇ ਹਾਂ ਕਿ ਬਾਦਲ ਪਰਿਵਾਰ ਦੇ ਦਾਦੇ ਪੜਦਾਦਿਆਂ ਤੋਂ ਲੈ ਕੇ ਸਾਰਾ ਕੁਝ ਦੱਸਿਆ ਜਾ ਰਿਹਾ ਕਿ ਕਿਸ ਤਰ੍ਹਾਂ ਇਹਨਾਂ ਧਰਮ ਦੇ ਨਾਲ ਲੋਕਾਂ ਦੇ ਨਾਲ ਕਿਸ ਤਰ੍ਹਾਂ ਨਿਆਂ ਕੀਤਾ। ਅਫਸੋਸ ਦੀ ਗੱਲ ਹੈ ਕਿ ਲੋਕ ਫਿਰ ਵੀ ਇਹਨਾਂ 'ਤੇ ਵਿਸ਼ਵਾਸ ਕਰਕੇ ਜਿਹੜਾ ਇਹਨਾਂ ਨੂੰ ਅੱਗੇ ਲਿਆ ਰਹੇ ਆ, ਜਿਹੜਾ ਕਿ ਕੌਮ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਆ। ਇਸ ਲਈ ਇਹੋ ਜਿਹੇ ਪਰਿਵਾਰਾਂ ਨੂੰ ਪਾਸੇ ਕਰਨਾ ਚਾਹੀਦਾ ਤਾਂ ਕਿ ਜਿਹੜਾ ਸਿੱਖ ਕੌਮ ਦਾ ਕੋਈ ਉਧਾਰ ਹੋ ਸਕੇ। ਗੱਲ ਕਰੀਏ ਬਹੁਤ ਸਾਰੇ ਅਜਿਹੇ ਵਿਸ਼ੇ ਨੇ ਸਿੱਖ ਕੌਮ ਦੇ ਨਾਲ ਜੁੜੇ ਹੋਏ, 84 ਦੇ ਮਸਲਿਆਂ ਦਾ ਹਾਲੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ, ਜਿਹੜੇ ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਉਹਨਾਂ 'ਤੇ ਵੀ ਲਗਾਤਾਰ ਸਿਆਸਤ ਹੋ ਰਹੀ ਆ, ਅਸੀਂ ਕਮੇਟੀ ਬਣਾਤੀ, ਅਸੀਂ ਨਵਾਂ ਕਮਿਸ਼ਨ ਬਣਾਤਾ, ਇੱਦਾਂ ਦੇ ਮਸਲੇ ਕਿੱਦਾਂ ਦੇਖਦੇ ਹਾਂ? ਕਿਉਂਕਿ ਇਹਨਾਂ ਮਸਲਿਆਂ ਦਾ ਹੱਲ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਿੱਧੇ ਤੌਰ 'ਤੇ ਕਿਤੇ ਨਾ ਕਿਤੇ ਸਿੱਖ ਧਰਮ 'ਤੇ ਇਹ ਸਿੱਧਾ ਹਮਲਾ ਹੈ। ਇਹਦੇ ਵਿੱਚ ਜਿਹੜਾ RSS ਹੈਗੀ ਉਹ ਅਕਾਲੀ ਦਲ ਦੇ ਵਿੱਚ ਘੁਸਪੈਠ ਕਰ ਚੁੱਕੀ ਹੈ, ਜਿਨ੍ਹਾਂ ਦਾ ਮਸਲ ਮਿਸਯੂਜ਼ ਹੋ ਰਿਹਾ, ਅਤੇ ਜਿਹੜੇ ਕਮਿਸ਼ਨ ਬਣਾ ਕੇ ਸਿਰਫ ਸਰਕਾਰ ਡੰਗ ਟਪਾਊ ਕੰਮ ਕਰ ਰਹੀ ਹੈ। ਕੋਈ ਵੀ ਸਰਕਾਰ ਹੈ ਅਕਾਲੀ ਦਲ ਦਸ ਡਾਲ ਰਹੀ ਹੈ, ਉਹਨਾਂ ਨੇ ਵੀ ਜਿਹੜਾ ਕਮਿਸ਼ਨ ਬਣਾ ਕੇ ਵੱਖ ਵੱਖ ਕਮਿਸ਼ਨ ਬਣਾਏ, ਕਮਿਸ਼ਨ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ। ਲੋਕਾਂ ਦਾ ਜਿਹੜਾ ਧਿਆਨ ਹੈ ਸਿਆਸਤ ਵੱਲੋਂ ਲੋਕਾਂ ਨੂੰ ਮਤਲਬ ਸਿਆਸਤ ਨਾ ਬਦਲਣ ਉੱਧਰੋਂ ਮਤਲਬ ਜਿਹੜਾ ਹੋਰ ਪਾਸੇ ਲੈ ਕੇ ਜਾਂਦੇ ਰਹੇ ਆ। ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਹੋਈ, ਕਿਹਾ ਮਤਲਬ ਇਸ ਗੱਲ ਪਾਸੇ ਪਤਾ ਨਹੀਂ ਕਿ ਪਤਾ ਨਹੀਂ ਇਸ ਬੰਦੇ ਨੇ ਕੀਤਾ, ਤਾਂ ਉਹਨੂੰ ਫੜ ਕੇ ਸਜ਼ਾ ਕਿਉਂ ਨਹੀਂ ਦਿੱਤੀ ਗਈ? 84 ਦੇ ਦੰਗਿਆਂ ਦਾ ਮਸਲਾ ਜਦੋਂ ਬਿਲਕੁਲ ਸਾਹਮਣੇ ਗੱਲ ਆ ਗਈ ਹੈ ਕਿ ਇਹ ਲੋਕ ਹੈ ਜਿਹੜੇ ਉਹਦੇ ਵਿੱਚ ਸ਼ਾਮਿਲ ਸੀ, ਲੋਕਾਂ ਦਾ ਨੁਕਸਾਨ ਹੋਇਆ, ਲੋਕਾਂ ਦਾ ਘਾਣ ਹੋਇਆ, ਤਾਂ ਉਹਨਾਂ ਨੂੰ ਜਿਹੜੀ ਸਜ਼ਾ ਦੇਣੀ ਇਮੀਡੀਏਟ ਜ਼ਰੂਰੀ ਸੀ। ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਜੋ ਅਦਾਲਤਾਂ ਉਹ ਵੀ ਜਿਹੜਾ ਸਮੇਂ ਸਿਰ ਜਿਹੜਾ ਇੱਥੇ ਫੈਸਲਾ ਨਹੀਂ ਲੈਂਦੀਆਂ, ਬੜਾ ਦੁੱਖ ਹੈ, ਕਿਉਂਕਿ ਜੋ ਫੈਸਲੇ
अदालत के लोगों का एक विश्वास है सियासत अपने अदालतों पर। जदों अदालतों पर ही विश्वास चक्या जाए तो फिर लोगों का जिहड़ा जीना बड़ा औखा हो जाएगा। इसलिए मेरी बेनती है असीं सत्कार करते हैं अदालतों का कि मानयोग जज जिहड़ियां कुर्सियां ते बैठे आ वह जो इंसाफ से उन्होंने पवित्र फर्ज है। सो कौम बचाने लई देश नूं बचाने लई जरूरी है कि जिहड़ा जज साहिबान है वह निरपक्ष फैसले देने की खेचल कर। निरपक्ष फैसले होने बहुत जरूरी है क्योंकि अदालतों पर हले तक भी सिख कौम विश्वास करती है। बहुत लंबा समा हो गया 34-35 साल तो भी ज़्यादा 3 दहाकों तो वाधा समा हो चुका पर हले तक इंसाफ की गुहार लगातार जारी। की नाम जी दस रजिंदर सिंह खरड़ तो जी किदां देखदे हो जिहड़ियां घटनावां लगातार वधदियां जा रहियां ने सियासीकरण हो रहा सिक्खी दे विच बहुत सारे लोग अजिहे आ चुके ने भी धर्म के नाते सियासत की जा रही है सीधे तौर पर अजिहियां घटनावां वधदियां जा रहियां ने किदां देख खालसा जी गुरु हरगोबिंद साहब ने सच्चे पातशाह जी ने जो सानूं मीरी पीर दा सिधांत दित्ता सी वह एक विलक्षण सिधांत सी ते उहदे नाल एक सानूं रहत मर्यादा दित्ती सी उन्होंने। मीरी पीर दा सिधांत सी कि जो सिस्टम है सिख पंथ का प्रसार प्रचार का भी इनू प्रफुल्लित करना इस सिस्टम राही वो मतलब राजनीति आपू सिख नीति भी कह सकते हैं लेकिन वो सिख नीति ने उन्होंने राजनीति में बदलता वो जी राजनीति है राजनीति इस टाइम अस देखा भी यह धर्म से भारू पै चुकी है। वो कई कारण है भी जो महाराज ने सू सिख रहत मर्यादा बख्शी सी साडा जीवन आ जो उस अनुसार नहीं रहा बहुत घट हाँ अपने जीवन से रहत मर्यादा जो अकाल तख्त की सी उन्होंने भी कई पासों ढाल लग रही अज कोई जथेबंदियां अपनी वो रहत मर्यादा बनाई जा रही जिमें डेराबाद है डेराबाद ही अपनी रहत मर्यादा बन गई वो हटके हो गई अकाल तख्त साहब तो वो अपने मुताबिक चलाना शुरू करता उन्होंने जो अकाल तख्त साहब की रहत मर्यादा सी वो तो हटके हो वो करके जी उन्होंने जो मन बदल गया सिखा का वह एक पास कुछ होर कह रहे अकाल तख्त की मर्यादा कुछ होर कह रही है वो फिर बखरेवा हो गया दोनों तो ये भी मतलब एक ढा लगती ये असी तो हमेशा इस पक्ष से हामी रहे हैं कि जो अकाल तख्त की रहत मर्यादा वो सारा पंथ एक निशान साहब हेठ इकट्ठा होकर वो मर्यादा को मने ता कि सारे सिखा में एक ही सोच बने एक ही सिद्धांत बने ता कि उस सिद्धांत मुताबिक सारा सिख पंथ चले और एक सोच लैके वह उस मुताबिक जीवे तो जो मसले सानू अज फेस कर रहे हैं उस एक रहत मर्यादा अनुसार ही निजिठे जान। बिल्कुल ये बड़ी अहम गल है कि वक् वक् जथेबंदियां बन गई ने तो उन्होंने जथेबंदियों के अपने अपने सिद्धांत ने तो अपने तरीके सिख धर्म को सिख पंथ को या सिख सिखी जिहड़े लोग जुड़ना चाहते हैं उन्होंने अपने तरीके सुझा दे रहे हैं अपने धर्म अपने तरीके उन्होंने नवीं नवी चीज़ा दस रहे हैं भी इदा करना या उदा करना अपने तरीके रहत मर्यादावान बना लिया ने उन्होंने कि ना कि उन्होंने इकट्ठे होना चाहिए। की नाम जी जसवंत सिंह जी जसवंत जी कि देखते हो लगातार धर्म के नाते सियासत हो रही है जिहड़े सिक्खी के मुद्दे ने जिन्हां ते फैसले होने चाहिए ने सही फैसले होने चाहिए ने लंबे समय बीत चुके ने 34-35 सालों तो इंसाफ नहीं मिल रहा उन्हां दा सियासीकरण हो रहा अज भी कोई ठोस कदम नहीं ले जा रहे इंसाफ नहीं मिल रहा किदां देखदे आ भी तुहाडे हिसाब दे नाल जिहड़ा धर्म के नाते सियासत खेडी जा रही है वह घटनावां कौन खेड रहा किदां हल होगा। देखो जी जिहड़ा धर्म ते राजनीति है वह सिक्के दे दो पहलू हैं जी गुरु गोबिंद सिंह दा फरमान है जी राज बिना धर्म चले हैं धर्म बिना सब दले मिले हैं जो अज राज है वह हिंदुओं का राज है जो धर्म फुलता है वह हिंदूवाद ही फुलना है जो सिख है वह नंबर दो से हैं इन्हों की गिनती बहुत घट है जी इस करके सिखा इंसाफ नहीं मिलता सिखा इंसाफ ता ही मिलेगा जी असं सचते मारते चलेंगे इकट्ठे रहेंगे तो इन्हों हिंदू हिंदू राजनीति है ये पाड़ो तो राजगुरु की राजनीति काम करते हैं ये सिखा पाड़ के राज करते हैं जे सिख इकट्ठे होणगे इकट्ठे रहणगे तां ही सानूं इंसाफ मिल सकेगा यही मेरा फरमान है। तुहाडे हिसाब दे नाल की करना चाहिए सिख कौम गुमराह हो रही है इस वक्त बहुत सारे इदां दे आगू ने जां प्रचारक ने जिहड़े सिख कौम नूं गुमराह कर रहे ने तुहाडे हिसाब दे नाल तुसीं दस्सिया भी सिख कौम नूं इकट्ठे होना चाहिए किहड़ा तरीका है जिहदे नाल इकट्ठे होवे सिख कौम इकट्ठी हो सकदी। देखो जी सच दा मार्ग है ना जी उह तां गुरु गोबिंद सिंह जी गुरबाणी पढ़ीए गुरबाणी सुनीए अते सच दे धारनी बणीए देशा की तारी बढ़ के सारे इकट्ठे एक झंडे थले इकट्ठे हो सकते हैं अते अपना जो फ्यूचर ठीक कर सकते हैं। धर्म के नाते सियासत हो रही है ये कोई शक नहीं ये सवाल अज असी सिखा की जी सिरमौर संस्थावां ने उन्होंने अगे बहुत लोग रख रहे हैं उन्होंने जवाब मिल रहे हैं ज नहीं मिल रहे बड़ा वड्डा विशा हो जाता पर अज असी आम लोगों की राय लै रहे हैं उन्होंने मुताबिक उन्होंने पूछ रहे हैं कि किदा ये सोचते हैं कि किन्नी सियासत हो रही है तो हल किदा देखते हैं। की नाम जी थोड़ा अमरजीत सिंह जी अमरजीत
ਤੁਸੀਂ ਕਿੱਦਾਂ ਦੇਖਦੇ ਹੋ ਸਿੱਖ ਪੰਥ ਦੇ ਵਿੱਚ ਜਾਂ ਸਿੱਖ ਧਰਮ ਦੇ ਵਿੱਚ ਜਾਂ ਹਰੇਕ ਧਰਮ ਦੀ ਗੱਲ ਕਰ ਲਈ, ਅੱਜ ਧਰਮ ਦੇ ਨਾਂ 'ਤੇ ਸਿਆਸਤ ਦਾ ਜਿਹੜਾ ਰਵੱਈਆ ਜਾਂ ਰੀਤ ਚੱਲ ਚੁੱਕੀ ਆ, ਇਸ ਰੀਤ ਨੂੰ ਕਿੱਦਾਂ ਖਤਮ ਕੀਤਾ ਜਾ ਸਕਦਾ, ਕਿੱਦਾਂ ਇਹ ਤੋਂ ਬਚਿਆ ਜਾ ਸਕਦਾ ਤਾਂ ਜੋ ਧਰਮ ਦੇ ਨਾਂ 'ਤੇ ਸਿਆਸਤ ਨਾ ਹੋਵੇ ਅਤੇ ਲੋਕ ਆਪਸ 'ਚ ਨਾ ਲੜਨ? ਦੇਖੋ ਜੀ, ਇਹਦੇ ਵਿੱਚ ਇੱਕੋ ਗੱਲ ਦੇਖਣ ਵਿੱਚ ਆਈ, ਅਸੀਂ ਸੋਸ਼ਲ ਮੀਡੀਆ ਦੇ ਵਿੱਚ ਆਪਾਂ ਦੇਖਦੇ ਹਾਂ ਅੱਜ ਕੱਲ੍ਹ ਵੀ ਜਿਹੜੇ ਸਾਡੇ ਆਗੂ ਨੇ, ਸਾਡੇ ਆਗੂਆਂ ਦੇ ਵਿੱਚ ਬਹੁਤ ਬੜੀ ਘਾਟ ਆ, ਕਿਉਂਕਿ ਉਹਨਾਂ ਨੇ ਨਾ ਜਿਹੜੀ ਧਰਮ ਨੂੰ ਥੱਲੇ ਲਾ ਲਿਆ ਅਤੇ ਸਿਆਸਤ ਨੂੰ ਉਹਨਾਂ ਨੇ ਉੱਪਰ ਚੱਕਿਆ ਹੋਇਆ। ਸਿਆਸਤ ਦੇ ਵਿੱਚ ਪੈ ਕੇ ਉਹ ਧਰਮ ਦੇ ਵਿੱਚ ਧਰਮ ਨੂੰ ਇੱਕ ਉਹਨਾਂ ਨੇ ਜ਼ਰੀਆ ਬਣਾ ਲਿਆ, ਧਰਮ ਦੇ ਜ਼ਰੀਏ ਉਹ ਸਿਆਸਤ ਨੂੰ ਉੱਪਰ ਚੱਕ ਰਹੇ ਨੇ, ਅਤੇ ਉਹਨਾਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਵੀ ਅਸੀਂ ਧਰਮ ਨੂੰ ਉੱਚਾ ਚੱਕੀਏ ਨਾ ਕਿ ਸਿਆਸਤ ਨੂੰ। ਅਤੇ ਦੂਜੀ ਗੱਲ, ਸਾਡਾ ਜਿਹੜਾ ਡੇਰਾਵਾਦ ਅੱਜ ਕੱਲ੍ਹ ਬਹੁਤ ਚੱਲ ਰਿਹਾ, ਡੇਰੇਵਾਦ ਦੇ ਵਿੱਚ ਜਿਹੜੀ ਮਰਿਆਦਾ ਦੀ ਗੱਲ ਕਰੀਏ ਆਪਾਂ, ਅਕਾਲ ਤਖਤ ਦੀ ਗੱਲ ਕਰੀਏ ਤਾਂ ਅਕਾਲ ਤਖਤ ਦੀ ਮਰਿਆਦਾ ਸਾਡੇ ਸਾਰਿਆਂ ਵਾਸਤੇ ਆ, ਕਿਉਂਕਿ ਅਸੀਂ ਸਾਰੇ ਹੀ ਅਕਾਲ ਤਖਤ ਨੂੰ ਸਮਰਪਿਤ ਹਾਂ, ਅਤੇ ਸਾਡੇ ਜਿਹੜੇ ਡੇਰੇ ਆ ਉਹਨਾਂ ਦੇ ਵਿੱਚ ਵੱਖ ਵੱਖ ਉਹਨਾਂ ਦੀ ਮਰਿਆਦਾ ਬਣਾਈ ਵੀ ਆ, ਅਤੇ ਇਹ ਵੰਡ ਕਰਕੇ ਸਾਡਾ ਜਿਹੜਾ ਧਰਮ ਉਹ ਪਿੱਛੇ ਜਾਂਦਾ ਜਾ ਰਿਹਾ ਇਸ ਵਕਤ, ਅਤੇ ਅਸੀਂ ਇਹ ਧਰਮ ਸਾਡਾ ਉਦੋਂ ਹੀ ਅੱਗੇ ਜਾਵੇਗਾ ਜਦੋਂ ਸਾਡੇ ਜਿਹੜੇ ਆਗੂ ਆ ਉਹ ਥੋੜ੍ਹਾ ਜਿਹਾ ਇੱਧਰ ਧਿਆਨ ਦੇਣ, ਉਹ ਇਸ ਗੱਲ ਨੂੰ ਧਿਆਨ ਉੱਪਰ ਚੱਕਣ ਵੀ ਅਸੀਂ ਸਿਆਸਤ ਨੂੰ ਥੱਲੇ ਰੱਖੀਏ ਅਤੇ ਧਰਮ ਨੂੰ ਅਸੀਂ ਉੱਪਰ ਚੱਕੀਏ, ਤਾਂ ਹੀ ਸਾਡਾ ਧਰਮ ਜਿਹੜਾ ਉਹ ਬਚ ਸਕਦਾ ਹੈ। ਕੀ ਨਾਮ ਜੀ? ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਨਵਦੀਪ ਸਿੰਘ ਜੀ, ਜੀ ਕਿੱਦਾਂ ਦੇਖਦੇ ਹੋ ਧਰਮ ਦੇ ਨਾਂ 'ਤੇ ਸਿਆਸਤ ਹੋ ਰਹੀ ਹੈ, ਕੌਣ ਸਿਆਸਤ ਕਰ ਰਿਹਾ, ਜਿਹੜੇ ਕਰ ਰਹੇ ਹੈ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਸਭ ਤੋਂ ਵੱਡਾ ਇਹ ਅਕਾਲ ਤਖਤ ਸਭ ਉੱਚਮ ਸੰਸਥਾ ਸਿੱਖ ਮੰਤਰੀ, ਅਤੇ ਆਪਾਂ ਜੇ ਚੱਲੀਏ ਤਾਂ ਸਿਆਸਤ ਅਤੇ ਧਰਮ ਦੋਨੇ ਵੱਖਰੇ ਵੱਖਰੇ ਲੈ ਕੇ ਚੱਲਣੇ ਚਾਹੀਦੇ ਨੇ। ਅਤੇ ਅੱਜ ਕੱਲ੍ਹ ਜਿਹੜਾ ਹੋ ਜਾ, ਆਪਾਂ ਜੋ ਸਿੱਖ ਅਕਾਲ ਤਖਤ ਹੁਕਮਨਾਮਾ ਜਾਰੀ ਕਰਦੇ ਸੀ ਉਹ ਅਟਲ ਹੁੰਦਾ ਸੀਗਾ, ਅੱਜ ਕੱਲ੍ਹ ਦੇਖਿਆ ਜਾ ਰਿਹਾ ਕਿ ਹੁਕਮਨਾਮਾ ਵਾਪਸ ਲੈ ਜਾ ਰਹੇ ਨੇ ਉਹ, ਆਪਾਂ ਜੇ ਆਪਾਂ ਨਾਲ ਹੀ ਸਰਸੇ ਵਾਲੇ ਤੱਕ ਦੇਖ ਲਓ ਹੁਕਮਨਾਮਾ ਵਾਪਸ ਲਿਆ ਗਿਆ ਹੈ। ਅਤੇ ਹੁਣ ਜੇ ਬਾਦਲ ਪਰਿਵਾਰ ਹੈ, ਇਹ ਇੱਕ ਤਰ੍ਹਾਂ ਤਾਂ ਕਾਫੀ ਦੇਰ ਤੋਂ ਆਪਾਂ ਲਾ ਲਈਏ 40-50 ਸਾਲ ਤੋਂ ਅਕਾਲ ਤਖਤ ਦੇ ਜੋ ਵੀ ਹੁਕਮਨਾਮੇ ਉਹਦੇ ਆਦੇਸ਼ ਨਾਲ ਜਾਰੀ ਹੁੰਦੇ ਨੇ ਜੋ ਨਹੀਂ ਹੋਣੇ ਚਾਹੀਦੇ, ਜੋ ਵੀ ਅਕਾਲ ਤਖਤ ਦਾ ਜਥੇਦਾਰ ਹੈ ਉਹਨੂੰ ਜਿਹੜੇ ਜੋ ਕਰਨਾ ਹੈ ਉਹ ਨਿਰਭੈ ਹੋ ਕੇ ਆਪਣੇ ਇੰਡੀਪੈਂਡੈਂਟ ਆਪਣੀ ਸੋਚ ਲੈ ਕੇ ਆਪਣਾ ਉਹ ਉਹਨੂੰ ਫੈਸਲੇ ਲੈਣੇ ਚਾਹੀਦੇ ਹਨ, ਅਤੇ ਜੋ ਆਪਣਾ ਸਿਆਸੀ ਬੰਦੇ ਨੇ ਉਹਨਾਂ ਜੋ ਵੀ ਹੁਕਮਨਾਮੇ ਜਾਰੀ ਕਰਨਾ ਉਹ ਮੰਨਣੇ ਚਾਹੀਦੇ ਹਨ, ਕਿਉਂਕਿ ਅਕਾਲ ਤਖਤ ਸਿੱਖ ਤੰਤਰ ਦੀ ਸਰਵ ਉੱਚ ਸੰਸਥਾ ਹੈ, ਉਹਦੇ ਹੁਕਮਨਾਮੇ ਅਟਲ ਹੁੰਦੇ ਨੇ। ਤੁਹਾਡੇ ਹਿਸਾਬ ਦੇ ਨਾਲ ਕੀ ਆਮ ਲੋਕਾਂ ਨੂੰ ਕਿੰਨਾ ਸੁਚੇਤ ਹੋਣਾ ਚਾਹੀਦਾ ਸਿੱਖ ਧਰਮ ਨੂੰ, ਕਿੰਨਾ ਸਿੱਖ ਧਰਮ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਕਿੰਨਾ ਕੁ ਸੁਚੇਤ ਹੋਣਾ ਚਾਹੀਦਾ, ਕਿਉਂਕਿ ਸਿਆਸੀਕਰਨ ਲਗਾਤਾਰ ਹੋ ਰਿਹਾ, ਹਰੇਕ ਮੁੱਦੇ ਦਾ ਸਿਆਸੀਕਰਨ ਹੋ ਰਿਹਾ, ਅਸੀਂ ਧਰਮ ਦੇ ਨਾਂ 'ਤੇ ਜਿੰਨੇ ਵੀ ਮੁੱਦੇ ਲੈ ਲਈਏ ਸਿੱਖੀ ਦੇ ਨਾਲ ਜੁੜੇ ਹੋਏ ਹਰੇਕ ਚੀਜ਼ ਦਾ ਸਿਆਸੀਕਰਨ ਹੋ ਰਿਹਾ, ਬਸ ਅੱਗੇ ਤੋਂ ਅੱਗੇ ਤਰੀਕਾਂ ਪੈਂਦੀਆਂ ਜਾ ਰਹੀਆਂ ਜਾਂ ਫੈਸਲੇ ਜਿਹੜੇ ਨੇ ਉਹ ਲੰਬਿਤ ਹੁੰਦੇ ਜਾ ਰਹੇ ਨੇ, ਕਿੱਦਾਂ ਦੇਖਦੇ ਵੀ ਜਿਹੜੇ ਮਸਲੇ ਸਿੱਖਾਂ ਦੇ ਰਹਿੰਦੇ ਨੇ ਉਹਨਾਂ ਦੇ ਹੱਲ ਕਿੱਦਾਂ ਹੋਣੇ ਚਾਹੀਦੇ ਨੇ, ਕਿੱਦਾਂ ਕਰਵਾਉਣੇ ਚਾਹੀਦੇ ਨੇ ਕੌਮ ਨੂੰ, ਕਿੱਦਾਂ ਇੱਕਜੁੱਟ ਹੋਣਾ ਚਾਹੀਦਾ? ਹੁਣ ਦੇਖੀ ਆਪਾਂ 84 ਦਾ ਦੁਖਾਂਤ ਲੈ ਲਓ, 84 ਦਾ ਦੁਖਾਂਤ ਸ਼ੁਰੂ ਹੋਇਆ ਆਪਣਾ ਦਰਬਾਰ ਸਾਹਿਬ ਦੇ ਹਮਲੇ ਤੋਂ, ਦਰਬਾਰ ਸਾਹਿਬ ਦੇ ਬਾਅਦ ਇੰਦਰਾ ਗਾਂਧੀ ਦੀ ਹੱਤਿਆ ਹੋਈ ਜੋ ਨਹੀਂ ਹੋਣੀ ਚਾਹੀਦੀ, ਉਸ ਤੋਂ ਬਾਅਦ ਸਿੱਖਾਂ ਨਾਲ ਜੁਰਮ ਹੋਇਆ, ਅੱਜ ਤੱਕ 35 ਸਾਲ ਹੋ ਚੁੱਕੇ ਹੈ ਸਿੱਖਾਂ ਨੂੰ ਉਹ ਇਨਸਾਫ ਨਹੀਂ ਮਿਲਿਆ ਅੱਜ ਤੱਕ, ਜੇ ਆਪਣਾ ਦੇਖਿਆ ਜਾਏ ਤਾਂ ਹਿੰਦੂ ਆਪਣਾ ਹਿੰਦੁਸਤਾਨ ਦੀਆਂ ਅਦਾਲਤਾਂ ਤੋਂ ਸਿੱਖਾਂ ਨੂੰ ਜਿਹੜੀ ਇਨਸਾਫ ਦੀ ਉਮੀਦ ਉਦੋਂ ਖਤਮ ਹੁੰਦੀ ਜਾ ਰਹੀ ਹੈ, ਕਈ ਆਪਣਾ ਔਰਗਨਾਈਜ਼ ਕਈ ਬਣ ਚੁੱਕੇ ਨੇ ਉਹ ਹਿਸਾਬ ਨਾਲ ਉਹਨਾਂ ਦੀ ਜਿਹੜੇ ਵੀ ਉਹਨਾਂ ਨੇ ਆਹ ਡਿਟੇਲ ਕੱਢੀ ਨੇ ਉਹਦੇ ਉੱਪਰ ਕੋਈ ਅਮਲ ਨਹੀਂ ਹੋਇਆ। ਅਤੇ ਹੁਣ ਜੇ ਦੇਖਿਆ ਜੇ ਆਪਾਂ ਸਿੱਖਾਂ ਨੂੰ ਸਿੱਖੀ ਪਾੜ ਰਹੇ ਨੇ, ਆਪਾਂ ਜੇ ਸਿਆਸਤ ਲੈ ਲਈਏ, ਸਿਆਸਤ ਇੱਕ ਪਾਸੇ ਤੋਂ ਵੀ ਦੂਸਰੇ ਜਥੇਬੰਦੀਆਂ ਨਾਲ ਗੱਠਬੰਧ ਕਰ ਰਹੇ ਨੇ, ਇੱਕ ਪਾਸੇ ਸਿੱਖਾਂ ਨੂੰ ਭਰਮਾ ਰਹੇ ਨੇ, ਇਹ ਨਹੀਂ ਹੋਣਾ ਚਾਹੀਦਾ। ਕੀ ਨਾਮ ਜੀ? ਹਾਂਜੀ, ਲਖਵਿੰਦਰ ਸਿੰਘ ਜੀ। ਲਖਵਿੰਦਰ ਜੀ, ਕਿੱਦਾਂ ਦੇਖਦੇ ਹੋ ਹਰੇਕ ਮੁੱਦੇ ਨੂੰ? ਚਲੋ ਮੁੱਦੇ ਹੁੰਦੇ ਜੇ ਉਹਨਾਂ 'ਤੇ ਸਿਆਸਤ ਹੁੰਦੀ ਚੰਗੀ ਲੱਗਦੀ ਆ, ਸਿਆਸੀ ਲੋਕ ਆਪਣੇ ਵਿਚਾਰ ਦਿੰਦੇ ਚੰਗੇ ਲੱਗਦੇ ਆ, ਪਰ ਧਰਮ ਦੇ ਨਾਂ 'ਤੇ ਜਿਹੜੀ ਸਿਆਸਤ ਹੋ ਰਹੀ ਆ ਇਹਨੂੰ ਤੁਸੀਂ ਕਿੱਦਾਂ ਦੇਖਦੇ? ਇਸ ਤਰ੍ਹਾਂ ਹੈ ਕਿ ਗੁਰੂ ਸਾਹਿਬ ਜੀ ਨੇ, ਸਾਡੇ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਦੋ ਕਿਰਪਾਨਾਂ ਪਹਿਨੀਆਂ ਸਨ ਮੀਰੀ ਪੀਰੀ ਦੀਆਂ, ਦੋ ਹੀ ਨਿਸ਼ਾਨ ਸਾਹਿਬ ਲਗਾਏ ਗਏ ਨੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਵਿਖੇ। ਉਹਨਾਂ ਨੇ ਇਹੀ ਸੁਚੇਤ ਕੀਤਾ ਹੈ ਸਾਨੂੰ ਕਿ ਜਿਹੜਾ ਧਰਮ ਹੈ ਉਹ ਉੱਚਾ ਹੋਣਾ ਚਾਹੀਦਾ ਅਤੇ ਜੋ ਰਾਜਨੀਤੀ ਆ ਉਹ ਨੀਵੀਂ ਹੋਣੀ ਚਾਹੀਦੀ ਆ। ਅੱਜ ਜਿਹੜਾ ਕੰਮ ਹੈ ਉਹ ਉਲਟ ਹੋ ਰਿਹਾ ਹੈ, ਰਾਜਨੀਤੀ ਉੱਪਰ ਕਰ ਦਿੱਤੀ, ਧਰਮ ਜਿਹੜਾ ਥੱਲੇ ਜਾ ਰਿਹਾ ਹੈ। ਇਸੇ ਕਰਕੇ ਸਾਡਾ ਸਿੱਖ ਜਿਹੜਾ ਆ ਉਹ ਡਿਵੈਲਪਮੈਂਟ ਦੇ ਵਿੱਚ ਨਹੀਂ ਜਾ ਰਿਹਾ, ਘਾਟ ਵਿੱਚ ਜਾ ਰਿਹਾ ਹੈ, ਨੁਕਸਾਨ ਦੇ ਵਿੱਚ ਜਾ ਰਿਹਾ ਹੈ। ਅਤੇ ਸਿਆਸਤ ਜਿਹੜੀ ਹੈ ਉਹ ਸਿਆਸਤ ਦਾ ਸਿਆਸਤ ਧਰਮ ਨੂੰ ਚਾਹੀਦਾ ਹੀ, ਧਰਮ ਦਾ ਕਹਿਣਾ ਮੰਨਣਾ ਚਾਹੀਦਾ ਹੀ ਸਿਆਸਤ ਨੂੰ, ਪਰ ਅੱਜ ਉਲਟ ਕੰਮ ਹੋ ਰਿਹਾ ਕਿ ਜਿਹੜਾ ਧਰਮ ਆ ਉਹ ਸਿਆਸਤ ਦੇ ਅਧੀਨ ਚੱਲ ਰਿਹਾ ਹੈ, ਇਹੀ ਸਾਡੀ ਘਾਟ ਹੈ ਜੀ। ਬਹੁਤ ਸਾਰੇ ਵਿਸ਼ੇ ਨੇ ਸਿੱਖ ਕੌਮ ਦੇ ਜਿਹੜੇ ਇਸ ਵਕਤ ਹਾਲੇ ਤੱਕ ਹੱਲ ਨਹੀਂ ਹੋ ਰਹੇ, ਲੰਮੇ ਲੰਮੇ ਸਮੇਂ ਬੀਤ ਚੁੱਕੇ ਨੇ, ਬੰਦੀ ਸਿੰਘ ਕੈਦੀ ਜਿਹੜੇ ਜੇਲ੍ਹਾਂ ਦੇ ਵਿੱਚ ਲੰਮਾ ਉਮਰ ਕੈਦ ਤੋਂ ਵੀ ਜ਼ਿਆਦਾ ਸਮਾਂ ਬਿਤਾ ਚੁੱਕੇ ਨੇ, ਹਾਲੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲੇ। 84 ਦਾ ਕਤਲੇਆਮ ਹੋਇਆ, ਉਹਦਾ ਇਨਸਾਫ ਨਹੀਂ ਹੋਇਆ। 1984 ਦੇ ਵਿੱਚ ਜਿਹੜਾ ਸਿੱਖ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਉਹਦੀ ਜਦੋਂ ਸਿੱਖ ਲਾਇਬ੍ਰੇਰੀ 'ਚ ਸਾਰੀ ਚੱਕ ਕੇ ਲੈ ਗਏ ਸੀ, ਉਹ ਹਾਲੇ ਤੱਕ ਵਾਪਸ ਨਹੀਂ ਹੋਈ। ਲਗਾਤਾਰ ਸਾਰੇ ਵਿਸ਼ਿਆਂ 'ਤੇ ਜਿਹੜੇ ਸਿਆਸੀ ਲੋਕ ਨੇ ਅਸੀਂ ਕਹਿੰਦੇ ਨੇ ਪਹੁੰਚ ਕਰਾਂਗੇ,
ਸਭ ਪਹਿਲਾਂ ਇਹ ਦਿਲਾਸਾ ਦੇ ਕੇ ਅੱਗੇ ਆ ਜਾਂਦੇ ਕਿ ਸਾਨੂੰ ਸਮਾਂ ਦਿਓ ਜੀ, ਅਸੀਂ ਇਨਸਾਫ ਕਰਾਂਗੇ। ਕੋਈ ਇਨਸਾਫ ਨਹੀਂ ਕਰਦਾ ਬਾਅਦ ਵਿੱਚ, ਸਾਰੇ ਪੰਜਾਬ ਨੂੰ ਇੱਕ ਖੋਲ ਕਰ ਦਿੱਤਾ, ਖੋਖਲਾ ਕਰ ਦਿੱਤਾ। ਕੋਈ ਨਸ਼ਿਆਂ ਦੇ ਰਾਹੀਂ ਕਰ ਰਿਹਾ ਹੈ, ਕੋਈ ਰਾਜਨੀਤਿਕ ਤੌਰ 'ਤੇ, ਹੋਰ ਬਹੁਤ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ ਉਹਨਾਂ ਦੇ ਅਧੀਨ ਹੀ। ਪਰ ਉਹਨਾਂ ਨੂੰ ਇਨਸਾਫ ਇਸ ਕਰਕੇ ਨਹੀਂ ਮਿਲ ਸਕਦਾ ਕਿਉਂਕਿ ਸਾਡੀ ਜਿਹੜੀ ਰਾਜਨੀਤਿਕ ਆ ਉਹ ਬਹੁਤ ਹੀ ਉਪਲਬਧ ਨਹੀਂ ਹੈਗੀ। ਬਹੁਤ ਮਾੜਾ ਉਹਦਾ ਵਿਸਾ ਚੱਲ ਰਿਹਾ, ਬਹੁਤ ਮਾੜਾ ਟਾਈਮ ਚੱਲ ਰਿਹਾ ਉਹਦਾ। ਅਤੇ ਇਹਦੇ ਵਿੱਚ ਆਉਣਾ ਚਾਹੀਦਾ ਕਿ ਉਸੇ ਤਰ੍ਹਾਂ ਦੇ ਗੁਰੂ ਸਾਹਿਬ ਜੀ ਦੇ ਜੋ ਫਰਮਾਨ ਜਾਰੀ ਸਨ ਅਕਾਲ ਤਖਤ ਤੋਂ, ਉਸ ਵਿਸ਼ੇ 'ਤੇ ਹੀ ਸਿੱਖਾਂ ਦੇ ਨਾਲ ਇਨਸਾਫ ਹੋਣਾ ਚਾਹੀਦਾ ਸੀ। ਸਤਿਗੁਰੂ ਜੀ ਦਾ ਜੋ ਵੀ ਹੁਕਮ ਸੀਗਾ ਉਸਨੂੰ ਸਿਰ ਮੱਥੇ ਮੰਨਣਾ ਚਾਹੀਦਾ ਸੀ। ਪਰ ਉਸਨੂੰ ਪਹਿਲਾਂ ਉੱਥੇ ਹੁਕਮਨਾਮਾ ਜਾਰੀ ਕੀਤਾ ਜਾਂਦਾ, ਪਹਿਲਾਂ ਉਹਨੂੰ ਦੇਖਿਆ ਜਾਂਦਾ ਕਿ ਇਹ ਅੱਗੇ ਸੰਗਤ ਵਿੱਚ ਭੇਜਿਆ ਜਾਵੇ ਕਿ ਨਾ ਭੇਜਿਆ ਜਾਵੇ, ਕਿ ਉਹ ਪੰਜ ਸਿੰਘ ਸਾਹਿਬਾਨ ਜਾਂ ਹੋਰ ਰਲ ਕੇ ਉਸ ਵਿਸ਼ੇ ਨੂੰ ਚੁਣ ਲੈਂਦੇ ਨੇ। ਪਰ ਜੋ ਸਿੱਖਾਂ ਤੱਕ ਸੰਗਤਾਂ ਤੱਕ ਪਹੁੰਚਦਾ ਹੈ ਉਹ ਕੌਮਨ ਨਹੀਂ ਪਹੁੰਚਦਾ, ਉਹ ਆਪਣੇ ਅਧੀਨ 'ਤੇ ਪਹੁੰਚਦੇ ਆ ਕਿ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ, ਸਾਡੀ ਰਾਜਨੀਤੀ ਨੂੰ ਕੋਈ ਨੁਕਸਾਨ ਨਾ ਹੋਵੇ, ਕੋਈ ਡੇਰਾ ਬੰਦੇ, ਕੋਈ ਬਾਬੇ ਦੇ ਖਿਲਾਫ਼ ਕੋਈ ਕਾਰਵਾਈ ਕਿਸੇ ਨਾਲ ਨਹੀਂ ਕਰਦਾ। ਬਸ ਉਸੇ ਭਾਈਚਾਰੇ ਜਿਹੜੇ ਸੱਚ ਵਾਸਤੇ ਲੜੇ ਆ ਉਹਨਾਂ ਦੇ ਖਿਲਾਫ਼ ਸਾਰੇ ਖੜ੍ਹੇ ਨੇ ਇਹ, ਅਤੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਵੀ ਇਨਸਾਫ਼ ਮਿਲਣਾ ਚਾਹੀਦਾ। ਉਹਨਾਂ ਨੇ ਜੀਵਨ ਸਾਰਾ ਹੀ ਜੇਲ੍ਹਾਂ 'ਚ ਬਿਤਾ ਦਿੱਤਾ, ਬੜਾ ਉਹਨਾਂ ਨਾਲ ਬੇਇਨਸਾਫ਼ੀ ਹੋ ਰਹੀ ਹੈ। ਸੋ ਸਿੱਖ ਕੌਮ ਦੇ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ 'ਤੇ ਹਾਲੇ ਤੱਕ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਸਿਆਸੀ ਜਿਹੜੇ ਲੋਕ ਨੇ ਉਹ ਸਿਰਫ ਆਪਣੇ ਆਪਣੇ ਬਿਆਨ ਦੇ ਰਹੇ ਨੇ, ਸਿਆਸਤ ਕਰ ਰਹੇ ਨੇ। ਹਰੇਕ ਮੁੱਦੇ 'ਤੇ ਸਿਆਸਤ ਹੁੰਦੀ ਹੈ, ਜਦੋਂ ਸਿਆਸਤਦਾਨਾਂ ਨੂੰ ਕੋਈ ਹੋਰ ਵਿਸ਼ਾ ਨਹੀਂ ਮਿਲਦਾ ਤਾਂ ਧਰਮ ਨੂੰ ਚੁਣ ਲੈਂਦੇ ਨੇ। ਸੱਤਾ ਤੋਂ ਬਾਹਰ ਹੁੰਦੇ ਨੇ ਤਾਂ ਸੱਤਾ ਦੇ ਵਿੱਚ ਜਦੋਂ ਜਿਹੜੇ ਵਿੱਚ ਲੋਕ ਹੁੰਦੇ ਨੇ ਉਹਨਾਂ ਨੂੰ ਘੇਰਨ ਦੇ ਲਈ ਵੀ ਧਰਮ ਦਾ ਰਾਹ ਚੁਣ ਲਿਆ ਜਾਂਦਾ। ਹਰੇਕ ਮੁੱਦੇ ਨੂੰ ਧਰਮ ਦੇ ਨਾਲ ਜੋੜ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਅਤੇ ਬਹੁਤ ਵੱਡੇ ਜਿਹੜੇ ਵਿਰੋਧ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਜਿਹੜੀ ਮੌਜੂਦਾ ਸਰਕਾਰ ਹੁੰਦੀ ਆ ਉਹਨੂੰ ਵੀ ਕਿਤੇ ਨਾ ਕਿਤੇ ਨੀਚਾ ਦਿਖਾਉਣ ਦੀ ਕੋਸ਼ਿਸ਼ ਦੇ ਵਿੱਚ ਧਰਮ ਨੂੰ ਆਪਣਾ ਇੱਕ ਜ਼ਰੀਆ ਬਣਾ ਲਿਆ ਜਾਂਦਾ। ਲੋੜ ਹੈ ਲੋਕਾਂ ਨੂੰ ਸੁਚੇਤ ਹੋਣ ਦੀ, ਸਿੱਖ ਪੰਥ ਨੂੰ ਸੁਚੇਤ ਹੋਣ ਦੀ, ਤਾਂ ਜੋ ਧਰਮ ਦੇ ਨਾਂ 'ਤੇ ਜਿਹੜੀ ਰਾਜਨੀਤੀ ਹੋ ਰਹੀ ਹੈ ਉਹ ਤੋਂ ਬਚਿਆ ਜਾ ਸਕੇ। ਤਾਂ ਹੀ ਸਿੱਖ ਕੌਮ ਜਿਹੜੀ ਹਮੇਸ਼ਾ ਆਪਣੀ ਚੜ੍ਹਦੀ ਕਲਾ ਲਈ ਜਾਣੀ ਜਾਂਦੀ ਹੈ ਉਹ ਚੜ੍ਹਦੀ ਕਲਾ ਵੱਲ ਦੁਬਾਰਾ ਜਾਵੇਗੀ, ਕਿਉਂਕਿ ਇਸ ਵਕਤ ਜਿਹੜਾ ਬਹੁਤ ਮਾੜਾ ਦੌਰ ਚੱਲ ਰਿਹਾ, ਬਹੁਤ ਹੇਠਾਂ ਵਾਲਾ ਦੌਰ ਚੱਲ ਰਿਹਾ ਅਤੇ ਇਸ ਹੇਠਾਂ ਵਾਲੇ ਦੌਰ ਤੋਂ ਸਿੱਖ ਕੌਮ ਨੂੰ ਦੁਬਾਰਾ ਉੱਭਰਨ ਦੇ ਲਈ ਇੱਕਜੁੱਟ ਹੋਣਾ ਪੈਣਾ ਅਤੇ ਵਿਚਾਰ ਕਰਨੀ ਪੈਣੀ ਹੈ ਕਿ ਕਿਹੜੇ ਲੋਕ ਸਿੱਖਾਂ ਦੇ ਨਾਲ ਨੇ ਅਤੇ ਕਿਹੜੇ ਲੋਕ ਧਰਮ ਦੇ ਖਿਲਾਫ਼ ਨੇ।